मिट्टी दा पुतला मिट्टी नू रोंदा घूम गए करां दे बारनी आटे दिया कोई चिड़ियां नू आखो उड़ के ही आ जो इक बार नहीं मिट्टी दा पुतला मिट्टी नू रोंदा घूम गए करां दे बार नहीं ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ ਉਹ ਤੀਆਂ ਦੇ ਮੇਲੇ ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ ए तूड़ा दी कलगी नू मथे ते लाके ला दे सिर वाला पारनी मिट्टी दा पुतला मिट्टी नू रोंदा घूम गए करां आटे दियां कोई चिड़ियां नू आखो उड़ के ही आ जो एक बार ਕਿੰਨੀ ਉਮਰ ਸੀ ਆਪਣੀ ਜਦੋਂ ਉਜਾੜੇ ਪਏ ਮੈਂ ਪਟਵਾਵਾ 6-7 ਸਾਲਾਂ ਦੀ ਹੋਣੀ ਆ ਅੱਛਾ ਜੀ 8 ਦੀ ਹੋਊਂਗੀ ਠੀਕ ਹੈ ਜੀ ਤੇ ਉਦੋਂ ਪਨਾਗੀਰ ਇੰਨਾ ਆਇਆ ਸਾਡੇ ਘਰਾਂ 'ਚ ਪਿੰਡ 'ਚ ਹੀ ਆ ਗਿਆ ਸਮਝੋ ਹਿੰਦੁਸਤਾਨ 'ਚ ਉੱਠ ਹਾਂਜੀ ਹਾਂਜੀ ਬੜੀ ਦੁਨੀਆ ਤੁਸੀਂ ਪਹਿਲੇ ਦੱਸੋ ਮੈਨੂੰ ਇੱਥੇ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਇੱਥੇ ਹਾਂਜੀ ਇੱਥੇ ਪੁੱਤ ਰਹਿੰਦੇ ਗੋਜਰੇ ਅੱਗੇ 44 ਰਹਿੰਦੇ ਇਸ ਪਿੰਡ ਦੀ ਆਪਣਾ ਅਬਾਈ ਪਿੰਡ 44 ਆ ਹਾਂਜੀ ਹਾਂਜੀ ਵੱਡੀ 44 ਦੀ ਛੋਟੀ ਹਾਂਜੀ ਵੱਡੀ 44 ਆ ਵੱਡੀ 44 ਰਵਾਨੀ ਵਾਲੀ ਗਲਾਮਰ ਵਾਲੀ ਹਾਂਜੀ ਹਾਂਜੀ ਹੁਣ ਤੁਸੀਂ ਇੱਥੇ ਗੋਜਰੇ ਆ ਕੇ ਬੈਠੇ ਹੋ ਹਾਂਜੀ ਹਾਂਜੀ ਠੀਕ ਆ ਇਹ ਜਿਹੜੀ ਜਗ੍ਹਾ ਹੈ ਇਹਨੂੰ ਕੀ ਕਹਿੰਦੇ ਹੋ ਸਾਧ ਗਾਰਡਨ ਸਾਧ ਗਾਰਡਨ ਹਾਂਜੀ ਸਾਧ ਗਾਰਡਨ ਅੱਛਾ ਜੀ ਫਿਰ ਦੱਸੋ ਕਿੱਦਾਂ ਅਜਾੜੇ ਇਧਰੋਂ ਜਾਂਦੇ ਹੋਏ ਤੁਸੀਂ ਲੋਕ ਦੇਖੇ ਹੋਣੇ ਉਧਰੋਂ ਵੀ ਆਉਂਦੇ ਹੋਏ ਦੇਖੇ ਹੋਣੇ ਹਾਂਜੀ ਹਾਂਜੀ ਉਹ ਸਾਨੂੰ ਮਾੜੀ ਸਟੋਰੀ ਸੁਣਾਓ ਹਾਂਜੀ ਪੁੱਤ ਜਾਂਦੇ ਵੀ ਵੇਖੇ ਆਉਂਦੇ ਵੀ ਵੇਖੇ ਪੁੱਤ ਫਿਰ ਸਾਡੇ ਪੇ ਨੇ ਮਈਆਂ ਲਵਾਉਣ ਜਾਣੀਆਂ ਅਸੀਂ ਭੱਜੀਆਂ ਜਾਣਾ ਮਗਰੀ ਅੱਛਾ ਅਸੀਂ ਕਹਿਣਾ ਸਾਨੂੰ ਖਣੀ ਮਾਰਨਗੀਆਂ ਅੱਛਾ ਸਾਡੇ ਪੇ ਨੇ ਕਹਿਣਾ ਨਹੀਂ ਪੁੱਤ ਤੁਹਾਨੂੰ ਕਿਉਂ ਮਾਰਨਾ ਉਹਨਾਂ ਨੇ ਉਹਨਾਂ ਨੇ ਫਿਰ ਸਵੇਰ ਨੂੰ ਉੱਠਣਾ ਹਨਾ ਪੁੱਤ ਇੰਨੀ ਕਰੀ ਆਈਆਂ ਅਤੇ ਜੂੰ ਹੋਣੀ ਜਿੱਦਾਂ ਕੀੜੀਆਂ ਫਿਰਦੀਆਂ ਹਾਂਜੀ ਫਿਰ ਮੇਰੇ ਪੇ ਨੇ ਧੂਣੀ ਲਾ ਲੈਣੀ ਉਹ ਚੁਗੀ ਜਾਣੀਆਂ ਤੁਸੀਂ ਕਹਿਣਾ ਪੁੱਤ ਪਰੇ ਚੱਲ ਜਾਵੋ ਤੁਹਾਡੇ ਨਾਲ ਚਾੜੀਆਂ ਇੱਦਾਂ ਦੀਆਂ ਕਰਨੀਆਂ ਅਤੇ ਬਥੇਰਾ ਕੁਛ ਹੋਇਆ ਪੁੱਤ ਫਿਰ ਜਦੋਂ ਖੱਤਰੀ ਵੀ ਸੀ ਉਦੋਂ ਵੀ ਵਾਹਵਾ ਮੈਂ ਐਡੀ ਸਾਰੀ ਸੀ ਖੱਤਰੀਆਂ ਦਾ ਸਮਾਨ ਲੁੱਟ ਲਿਆ ਸਾਡੇ ਪਿੰਡ ਵਾਲਿਆਂ ਨੇ ਸਭ ਨੇ ਦੁਕਾਨਾਂ ਸੀ ਲਾਗੇ ਲਾ ਕੇ ਸਾਰੇ ਜਿਹੜੇ ਖੱਤਰੀ ਇੱਥੋਂ ਉੱਠ ਕੇ ਹਿੰਦੁਸਤਾਨ ਨੂੰ ਗਏ ਆ ਹਾਂਜੀ ਉਹਨਾਂ ਦਾ ਸਮਾਨ ਤੁਹਾਡੇ ਪਿੰਡ ਵਾਲਿਆਂ ਨੇ ਲੁੱਟ ਲਿਆ ਹਾਂ ਸਾਰਾ ਉਹ ਤਾਂ ਲਾਵਾਰਸ ਹੋ ਗਿਆ ਨਾ ਸਮਾਨ ਉਹ ਤਾਂ ਫਿਰ ਲੁੱਟਣਾ ਹਾਂਜੀ ਉਹ ਚਲੇ ਜਗਾ ਹਾਂਜੀ ਚਲੇ ਗਏ ਦੁਕਾਨਾਂ ਸੀ ਸੁਨਿਆਰਿਆਂ ਦੀਆਂ ਸਭ ਅੱਛਾ ਵੱਡੇ ਵੱਡੇ ਸੰਦੂਕ ਸੀ ਲੱਕੜੀ ਦੇ ਬੰਦਿਆਂ ਦੇ ਕੋਈ ਨਾਂ ਯਾਦ ਆ ਜਿਹੜੇ ਖੱਤਰੀਆਂ ਦੇ ਸੀਗੇ ਉੱਥੇ ਘਰ ਨਹੀਂ ਪੁੱਤ ਹੁਣ ਮੈਨੇ ਨਹੀਂ ਕਿਹਾ ਯਾਦ ਅੱਗੇ ਤਾਂ ਚੇਤਾ ਹੀ ਸੀਗਾ ਸ਼ੈ ਲੈਣ ਜਾਂਦੀਆਂ ਹੁੰਦੀਆਂ ਸੀ ਛਿੱਕੂ ਦਾਣੇ ਪਾ ਕੇ ਅੱਛਾ ਅੱਛਾ ਹਾਂਜੀ
ਠੀਕ ਆ। ਅੱਛਾ ਉੱਥੋਂ ਤੁਸੀਂ ਦੱਸਦੇ ਹੋ ਵੀ ਪਨਾਹਗੀਰ ਜਿਹੜੇ ਉੱਥੋਂ ਆਏ ਸੀ ਜਿਹਨਾਂ ਨੂੰ ਤੁਸੀਂ ਪਨਾਹਗੀਰ ਕਹਿੰਦੇ ਆ, ਹਾਂਜੀ ਹਾਂਜੀ, ਹਿੰਦੁਸਤਾਨ 'ਚ ਉੱਠ ਕੇ ਆਏ, ਉਹ ਫਿਰ ਤੁਹਾਡੇ ਪਿੰਡ ਆ ਕੇ ਕਿੰਨੇ ਕੁ ਘਰ ਬੈਠੇ? ਵਾਹ, ਕਿੰਨਿਆਂ ਘਰਾਂ 'ਚ ਹੀ ਸੀਗੇ, ਸਾਡੇ ਇਕੱਲਿਆਂ ਦੇ ਨਹੀਂ ਸੀ ਜੀ, ਅਤੇ ਉਹ ਕਿੰਨਿਆਂ ਘਰਾਂ 'ਚ ਹੀ ਸੀ। ਫਿਰ ਕੋਈ ਕਾਢ 'ਚ ਚਲ ਗਿਆ, ਕੋਈ ਕਿਤੇ ਚਲ ਗਿਆ, ਕੋਈ ਤਲਵੰਡੀ ਚਲ ਗਿਆ, ਇੱਦਾਂ ਹੌਲੀ ਹੌਲੀ ਫਿਰ ਚਲ ਗਿਆ ਵਿਚਾਰੇ। ਅੱਛਾ, ਆ 4 ਦਿਨ ਰੋਟੀਆਂ ਖਾ ਕੇ 10 ਦਿਨ। ਅਤੇ ਜਿਹੜੇ ਤੁਹਾਡੇ ਪਿੰਡਾਂ 'ਚ ਉੱਠ ਕੇ ਗਏ ਸੀ ਉਹਨਾਂ ਦਾ ਕੀ ਹਿਸਾਬ ਕਿਤਾਬ ਸੀ? ਸਾਡੇ ਪੁੱਤ ਅਸੀਂ ਤਾਂ ਉੱਥੇ ਦੇ ਹੀ ਹਾਂ, ਉੱਥੇ ਮੈਂ ਜੰਮੀ ਉੱਗੀ ਹਾਂ 44। ਅੱਛਾ, ਉੱਥੇ ਮੇਰੇ ਨਾਨਕੇ ਸੀ, ਉੱਥੇ ਮੇਰੇ ਮਾਮੇ ਸੀ, ਸਾਰਾ ਕੁਛ ਸੀ ਵੀ। ਅੱਛਾ, ਸਾਡੇ ਮਾਪੇ ਵੀ ਉੱਥੇ, ਉੱਥੇ ਹੀ ਮੇਰੇ ਸਹੁਰੇ ਸੀ। ਸਹੁਰੇ ਵੀ ਪਿੰਡ ਉਸੇ 'ਚ? ਹਾਂਜੀ ਉਸੇ 'ਚ, ਸਾਰੇ ਪਿੰਡ 'ਚ ਹੀ। ਅਤੇ ਫਿਰ ਉਹ ਹੌਲੀ ਹੌਲੀ ਚਲੇ ਗਏ। ਚੰਗਾ ਆਇਆ ਨਾ ਸਲੂਕ ਕੀਤਾ ਸੀ ਜਦੋਂ ਆਇਆ ਸੀ? ਹਾਂਜੀ, ਹੋਰ ਰੋਟੀਆਂ ਪਕਾ ਪਕਾ ਦਿੱਤੀਆਂ ਸਾਡੀਆਂ, 4-4 ਸਾਡੀ ਮਾਂ ਨੇ ਦਿੱਤੀਆਂ, ਬਹੁਤ ਕੀਤਾ ਵੀਰ, ਬਹੁਤ ਕੀਤਾ। ਉਹ ਬਾਬਾ ਹਰਦਿਆਲ ਹੁੰਦਾ ਸੀਗਾ, ਖੱਤਰੀ ਜਿਹੜੇ ਸੀਗੇ। ਅੱਛਾ, ਹਰਦਿਆਲ ਨਾਂ ਯਾਦ ਆ ਗਿਆ? ਹਾਂਜੀ ਹਰਦਿਆਲ, ਹਾਂਜੀ। ਇੰਨਾ ਕਿੰਨੇ ਤਾਂ ਉਹ ਖੱਤਰੀ ਸੀ ਇੱਥੇ, ਕਿਹੜੇ ਥੋੜ੍ਹੇ ਜਿਹੇ ਵੀਰ, ਉਹ ਵਿਚਾਰੇ ਉੱਠ ਕੇ ਚਲ ਗਏ, ਲੋਕਾਂ ਨੇ ਸਭ ਕੁਝ ਲੁੱਟ ਲਿਆ। ਅੱਛਾ, ਹਾਂਜੀ, ਮਾਲ ਡੰਗਰ ਜਾਂ ਜੋ ਵੀ, ਹਾਂਜੀ ਸਭ ਕੁਛ, ਹਾਂਜੀ। ਸੁਨਿਆਰੇ ਸੀਗੇ, ਫਿਰ ਦੂਸਰੇ ਸੀਗੇ, ਹਰਦੇ ਵਾਲੇ ਇੱਕ ਨਾ ਹੁੰਦਾ ਸੀਗਾ, ਅਸੀਂ ਜੱਟਾਂ ਦੇ ਘਰ ਰਹਿੰਦੇ ਸੀਗੇ। ਅੱਛਾ, ਹਾਂਜੀ, ਫਿਰ ਆਪਦਾ ਫਿਰ ਅਸੀਂ ਲਿਆ, ਫਿਰ ਆਪਦੇ ਅਸੀਂ ਉੱਥੇ ਬਥੇਰਾ ਜੇ ਰਹੀਆਂ ਅਸੀਂ ਛੋਟੀਆਂ ਉੱਥੇ। ਅੱਛਾ, ਸਾਡੀ ਮਾਂ ਨੇ ਨਹਾਉਣਾ ਧੋਣਾ ਸਾਰਾ ਕੁਛ ਕਰਨਾ, ਉੱਥੇ ਸਾਗ ਪੱਕਣੇ ਸਭ, ਅਸੀਂ ਬੜਾ ਚਿਰ ਉਹਨਾਂ ਦੇ ਘਰ ਰਹੇ ਜੱਟਾਂ ਦੇ। ਅੱਛਾ, ਫਿਰ ਆਪਦਾ ਥਾਂ ਮੇਰੇ ਬਾਬੇ ਨੇ ਲਿਆ, ਹਾਂਜੀ। ਇੱਦਾਂ ਕਰਕੇ ਵੀ ਤੁਹਾਡੀਆਂ ਕੋਈ ਸਹੇਲੀਆਂ ਤੁਹਾਡੀ ਉਮਰ ਦੀਆਂ ਜਿਹੜੀਆਂ, ਕੋਈ ਯਾਦ ਆ ਉਹਨਾਂ ਦੇ ਨਾਂ? ਨਹੀਂ ਪੁੱਤ, ਅਸੀਂ ਸਹੇਲੀਆਂ ਨਾ ਬਣਾਈਆਂ ਹੀ ਆ, ਕੋਈ ਐਵੇਂ ਕਹੀਏ ਸਾਦ ਕਣਕਾਂ ਵੱਢਣੀਆਂ, ਮੈਂ ਕਿਹਾ ਕਣਕਾਂ ਵੱਢਣੀਆਂ, ਪਕਾਵਾਂ ਵੇਲਣੀਆਂ ਪੁੱਤ। ਆਪਣਾ ਕੀ ਨਾਮ ਆ ਜੀ? ਮੈਂ ਨਾਮ ਕਰਸ਼ਾਦ। ਕਰਸ਼ਾਦ ਬੀਬੀ? ਅੱਛਾ, ਆਪਣੇ ਵਾਲਾ ਸਾਹਿਬ ਦਾ ਕੀ ਨਾਮ ਸੀ? ਮੁਹੰਮਦ ਫਕੀਰ। ਮੁਹੰਮਦ ਫਕੀਰ, ਆਪਣੀ ਕਿਹੜੀ ਬਰਾਦਰੀ ਆ? ਅਨਸਾਰੀ। ਅਨਸਾਰੀ, ਅੱਛਾ। ਤੁਹਾਡੀ ਕਿੰਨੀ ਉਮਰ ਸੀ ਜਦੋਂ ਉਜਾੜੇ ਪਏ? ਜਿਹੜੇ ਬੰਦੇ ਤੁਹਾਡਾ ਪਿੰਡ ਵੀ ਉਹੀ ਆ? ਹਾਂਜੀ, ਸਾਡੇ ਜੰਮਣ ਪਵਾਈ ਉੱਥੇ, ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਰਾਈਆਂ ਵਾਲੀ? ਸਾਰੇ ਵੀ, ਬਰਵਾਲੇ ਵੀ ਆ, ਜਰਾਏ ਵੀ ਆ, ਰਾਏ ਵੀ ਆ, ਸਾਰਾ ਕੁਛ ਹੀ ਆ। ਅੱਛਾ, ਰਾਏ ਆ, ਚੂਜ਼ ਪਾਜ ਕੋਈ ਨਹੀਂ। ਉੱਥੋਂ ਜੇ ਉੱਥੋਂ ਬੰਦੇ ਉੱਠ ਕੇ ਹਿੰਦੁਸਤਾਨ ਨਹੀਂ ਗਏ? ਨਹੀਂ, ਸਾਡਾ ਵਸਿੰਦਿਆਂ ਦਾ, ਸ਼ੁਰੂ ਤੋਂ ਵਸਿੰਦਿਆਂ ਦਾ ਪਿੰਡ ਸੀ, ਨਹਿਰੋਂ ਪਾਰ ਸਿੱਖ ਸੀ, ਕਣੀਆਂ ਅਤੇ ਘਾਟ ਸਾਰਾ ਸਾਰੇ, ਪਾਣੀ ਵਿੱਚ ਬੱਚਾ ਨਿਕਲਿਆ ਰੋਵੇ, ਦੁੱਧ ਛੱਡਣ ਰੋਣ ਨਾ ਪੀ ਕੇ, ਸਾਨੂੰ ਫੜ ਨਾ ਲੈਣ ਭਾਈ, ਆਹੋ ਨੰਗੀ ਪੈਰੀ ਫਿਰਦੀ, ਨੱਸੀਆਂ ਵਿੱਚ ਵਿੱਚ ਕਮਾਦ ਦਵੀ ਪੈਂਦੇ, ਫਿਰ ਅਸੀਂ ਘਰੇ ਜਾ ਕੇ ਰਲੀਆਂ। ਉਹਨਾਂ ਪਿਛਲਾ ਮੌਕਾ ਵੇਖਿਆ ਵੀ, ਮੈਂ ਤਾਂ ਬਚਵਾਣਾ ਸਿਵੇਂ ਆਖ, ਤੁਸੀਂ ਤਾਂ ਹੈ ਇੱਥੋਂ ਦੇ ਆ ਨਾ, ਪਾਕਿਸਤਾਨ 'ਚ? ਹਾਂ, ਇੱਥੇ ਰਹਿਣ ਵਾਲੇ, ਉੱਧਰੋਂ ਆਏ ਸੀ ਉੱਜੜ ਕੇ, ਜਾਂ ਪਿੱਛੇ ਉੱਜੜ ਕੇ ਸਾਡਾ ਆਏ, ਰਮਜਾਨ ਹੁਣੇ ਆਏ ਆ, ਇਹਨਾਂ ਨੂੰ ਪਤਾ ਨਹੀਂ ਸਾਨੂੰ, ਇਹ ਕਿੱਥੋਂ ਆਏ ਪਤਾ ਕੋਈ? ਪਤਾ ਕੋਈ ਨਹੀਂ, ਸਾਡੇ ਪਿਓ ਦਾ ਪਿੰਡ ਸੀ ਆਪਣਾ ਦੇਸ਼, ਆਪਣਾ ਇਹ ਹੈਗੇ ਸੀਗੇ ਗੁਰਦਾਸਪੁਰ ਦੇ ਮੇਰੇ ਸਹੁਰੇ, ਅਤੇ ਜਿਹੜੇ ਮੇਰੇ ਪੇਕੇ ਸੀ ਅੰਮ੍ਰਿਤਸਰ ਦੇ ਸੀ, ਅੰਮ੍ਰਿਤਸਰ ਦੇ ਸੀ, ਹਾਂ ਅੰਮ੍ਰਿਤਸਰ ਦੇ ਸੀ, ਅਤੇ ਅਸੀਂ ਸ਼ੁਰੂ ਤੋਂ, ਸਾਡੀ ਫੁੱਫੀ 90 ਸੀ, ਵਿਆਹੀ ਅਤੇ ਇਕੱਲੀ ਇਕੱਲੀ ਸੀ, ਦੋ ਭਰਾ ਸੀ, ਫਿਰ ਇੱਥੇ ਆ ਗਏ ਸੀ, ਅਤੇ ਸਾਡਾ ਬਚਪਨਾ ਇੱਥੇ, ਸਾਡੀ ਇੱਥੇ ਰਾਈ ਵਾਲੀ ਹੋਈ, ਯਾਨੀ ਆਏ ਤਾਂ ਫਿਰ ਉੱਥੋਂ ਹੀ ਆ ਨਾ ਪਹਿਲੇ? ਆਏ ਪਹਿਲਾਂ ਪਹਿਲਾਂ ਦੇਸ਼ ਪਿਛਲਾ ਇਹ ਸੀ ਪਿੰਡ ਅੰਮ੍ਰਿਤਸਰ 'ਚੋਂ। ਹਾਂਜੀ, ਗੁਰਦਾਸਪੁਰੀ ਤੁਹਾਡੇ ਸੀਗੇ? ਨਿਆਣੇ ਮਗਰ ਭੱਜੇ ਫਿਰ ਨਾ, ਅਸੀਂ ਮਗਰੇ ਜਮਨਾ ਸੀਗੀ,
ਹੱਡੀ ਸਾਡੇ ਲਾਗੇ ਸੀ ਮੇਰੇ ਨਾਨਕਿਆਂ ਦੇ। ਅੱਛਾ ਜੀ। ਹਾਂਜੀ ਏਦਾਂ ਸਾਰਾ। ਫਿਰ ਜਮਨਾ ਦੇ ਅਸੀਂ ਸੇਬ ਨਾਲ ਲੈਣੇ ਸਾਡੇ ਕਿਸੇ ਦੇ ਮਰੱਬਿਓ। ਅੱਛਾ। ਅਸੀਂ ਤੋੜ ਲਿਆਉਣੇ ਸੇਬ ਸੇਬ। ਹਾਂਜੀ ਬੂਟੇ ਲੱਗੇ ਹੁੰਦੇ ਸੀ ਖਾਏ ਤੇ, ਤੇ ਕਹਿਣਾ ਜਮਨਾ ਬੁਰੀ ਬਲਾ ਜੇਬੀ ਚੋਂ ਲੈਂਦੀ ਸੇਕ ਡਾ, ਹੁਣ ਨਾ ਜਾਈਓ ਉੱਥੇ ਨਿਆਣੇ ਲੈ ਕੇ। ਜਮਨਾ ਇੰਨੀ ਤੇਜ਼ ਸੀ। ਹਾਂਜੀ ਹੁਣ ਤੋਂ ਆਉਂਦਾ ਨੀ ਕੁਛ ਵੀ ਰਾਜਾ ਕੀਤੀ। ਮੈਂ ਆਸ ਨੂੰ ਲੈਣਾ ਸੀ ਟਰੱਕ 'ਤੇ ਭਾਈ, ਅਤੇ ਉਹਨਾਂ ਨੇ ਕਮਾਈ ਅੰਨੀ ਸੀ ਅਤੇ ਉਹਨਾਂ ਦੇ ਪੈਸੇ ਵਾਹਵਾ ਸੀ, ਅਤੇ ਵਿਛਾਉਣੀ ਬਣਾ ਕੇ ਸੀ ਕੇ ਅਤੇ ਮਾਈ ਦੇ ਥੱਲੇ ਵਿਛਾਤੀ ਪੈਸਿਆਂ ਦੀ ਪੈਸਿਆਂ ਵਾਲੀ। ਅੱਛਾ। ਅਤੇ ਉਹ ਫਿਰ ਟਰੱਕ 'ਚ ਪਾ ਕੇ ਲੈ ਗਏ ਸਾਡੇ ਕੁੱਕੜ ਫੜ ਕੇ ਲੈ ਗਏ। ਕੁੱਕੜ ਫੜ ਕੇ ਲੈ ਗਏ ਭੱਜੇ ਫਿਰਦੇ ਕੁੱਕੜ। ਅੱਛਾ ਫੜ ਕੇ ਲੈ ਗਏ। ਗੱਲਾਂ ਤਾਂ ਤੁਹਾਨੂੰ ਕਾਫੀ ਯਾਦ ਆ। ਬਹੁਤ ਉਹਦਾ ਤਾਂ ਪਤਾ ਸੀ ਹੈ ਨਾ, ਹੁਣ ਚੇਤਾ ਨਹੀਂ ਆਉਂਦਾ ਕੁਛ ਗੱਲ ਦਾ। ਜਮਨਾ ਉਹਨਾਂ ਦੇ ਜਿਹੜੇ ਤੁਸੀਂ ਨਾਂ ਲਏ, ਇਹਨਾਂ ਦੇ ਕੋਈ ਵਾਲਦ ਦੇ ਨਾਂ ਦਾ ਵੀ ਪਤਾ? ਇਹਨਾਂ ਦਾ ਪਿਓ ਕਿਸ ਕੋਲ ਨਹੀਂ। ਅੱਛਾ ਹੈ ਖੱਤਰੀਆਂ ਦੀਆਂ ਸੀ। ਹਾਂਜੀ ਖੱਤਰੀਆਂ ਦੇ ਸੀ। ਠੀਕ ਹੈ। ਹਿੰਦੂ ਸੀ ਇਹਦਾ ਮਤਲਬ? ਹਾਂਜੀ ਹਾਂਜੀ ਹਾਂਜੀ। ਤੁਹਾਡੇ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਉਹ ਕਿਹੜੇ ਕਿਹੜੇ ਸੀ ਉੱਥੇ? ਸਾਡੇ ਲਾਗੇ ਚਿਤਾਲੀ ਨਿੱਕੀ ਆ। ਹਾਂ ਇਹਨਾਂ ਸਾਰਿਆਂ ਪਿੰਡਾਂ ਵਿੱਚ ਇਹ ਸਾਰੇ ਬਛਿੰਦੇ ਲੋਕ ਹੀ ਬੈਠੇ ਆ? ਹਾਂਜੀ। ਇਹਨਾਂ 'ਚ ਜਾਣੀ ਉੱਜੜ ਕੇ ਕੋਈ ਨਹੀਂ ਆਇਆ? ਉੱਜੜ ਕੇ ਬੜੀ ਦੁਨੀਆ ਆਈ ਕੇ ਆਪਣਾ ਗਈ ਨੀ। ਹਾਂਜੀ ਕਿਸੇ ਹੋਰ ਦੀ? ਹਾਂ ਆਪਦੀਆਂ ਹੀ। ਉਹ ਕਿਉਂ? ਹੁਣ ਨਹੀਂ ਸੀ ਦਿੰਦੇ ਸਿੱਖ, ਲੰਘਣ ਨਹੀਂ ਸੀ ਦਿੰਦੇ ਸਾਨੂੰ। ਮੇਰਾ ਮੁੰਡਾ ਫੋਤ ਹੋ ਗਿਆ, ਮੈਂ ਅੰਬ ਦਾ ਖੜਾ ਕਰ ਆਈ। ਹਾਂਜੀ। ਤੇ ਦੁਨੀਆ ਕੋਈ ਬੱਚਾ ਉੱਤੇ ਲੰਮਾ ਪਿਆ, ਦੁੱਧ ਪੀਣ ਡਿਆ ਵਾ, ਮਾਵਾਂ ਮਰੀਆਂ ਵਾ, ਤੇ ਕੋਈ ਕੁਛ ਕਿਸੇ ਦਾ ਚਾਹੇ ਛਾਤੀ ਵੱਡੀ ਹੋਈ, ਕਿਸੇ ਕੁਛ ਇੱਦਾਂ ਕਰ ਸਾਡੀਆਂ ਰੱਖਣਾ। ਜੱਸਾ ਲੋਕਾਂ ਦੌੜ ਜਾਣਾ ਰਹਿਣ ਜਾਲ ਨੂੰ। ਪਰ ਫਿਰ ਵੀ ਗੱਲਾਂ ਸੁਣੀਆਂ ਸੁਣਾਈਆਂ ਦਾ ਤਾਂ ਪਤਾ ਲੱਗਦਾ ਹੀ ਹੁੰਦਾ ਨਾ, ਹੁਣ ਤਾਂ ਤੁਸੀਂ ਮਾਸ਼ਾਅੱਲਾ ਸਿਆਣੇ ਹੋਏ ਹੋਇਆ। ਅੱਛਾ ਬਣਿਆ ਬਣਾਇਆ ਲੱਭ ਗਿਆ ਜੀ ਪਤਾ ਉਹਨਾਂ ਨੇ ਆਈ ਲੋਕੀ ਲੰਘਦੇ ਜਾਂਦੇ ਸੀ ਬੰਦੇ ਲਾਸ਼ਾਂ ਦੇ ਉੱਪਰੋਂ ਲੰਘ ਕੇ ਉੱਤੋਂ ਲੰਘਦੇ ਜਾਂਦੇ ਸੀ, ਲਾਸ਼ਾਂ ਦੇ ਉੱਤੋਂ ਲੰਘਦੇ ਜਾਂਦੇ ਸੀ। ਕੋਈ ਪਤਾ ਨਹੀਂ ਸੀ ਕੌਣ ਆ ਤੇ ਕੌਣ ਨਹੀਂ, ਕੋਈ ਧੀਆਂ ਭੈਣ ਖਿੱਚ ਖਿੱਚ ਸਿੱਖ ਲੈ ਜਾਂਦੇ ਸੀ, ਸੂਈ ਜਾਂਦੇ ਸੀ। ਇਸ ਤਰ੍ਹਾਂ ਦੀ ਗੱਲਾਂ ਭੈਣ ਆਲਮੀ ਸੀ ਨਾ, ਉਹ ਦੱਸਦੀ ਸੀ ਇੱਦਾਂ ਅਸੀਂ ਆਏ ਤੇ ਇੱਦਾਂ ਅਸੀਂ ਆਏ। ਮੇਰੀ ਭੈਣ ਸਿੱਖ ਫਾਮਾ ਭੈਣ ਆਲਮੀ ਕਿੱਥੇ ਦੀ ਆ? ਉਹ ਆਪਣਾ ਫੈਸਲਾਬਾਦ ਦੇ ਲਾਗੇ ਆ, ਮਨਸੂਰਾ। ਅੱਛਾ ਮਨਸੂਰਾ ਗੋੜੇਵਾਲ ਦੇ ਲਾਗੇ। ਅੱਛਾ ਉੱਥੋਂ ਦੀ ਹਿੰਦੁਸਤਾਨ ਚੋਂ ਆਇਆ ਉਹ? ਕਿਹੜੇ ਜ਼ਿਲ੍ਹੇ ਚੋਂ? ਪਤਾ ਨਹੀਂ ਕਿ ਅੰਮ੍ਰਿਤਸਰੀ ਸੁਣਾ ਦੇ ਲਓ। ਅੰਮ੍ਰਿਤਸਰੀਏ ਸੀ ਉਹ ਵੀ? ਹਾਂ ਅੱਜ ਇੰਨੇ ਜਿਹੜਾ ਨਾ ਬੈਠੇ ਇੱਥੇ ਆਪਣੇ ਫੰਕਸ਼ਨ ਤਹੀਏ, ਹਾਂ ਇਹ ਸਭ ਅੰਮ੍ਰਿਤਸਰੀ ਆ, ਸਾਰੇ ਅੰਮ੍ਰਿਤਸਰੀਏ। ਹਾਂਜੀ ਤੇ ਇਹ ਉਹਨਾਂ ਨੂੰ ਪਾਈ ਪਿਛਲੇ ਵਕਤ ਵੇਖੇ ਅਸੀਂ ਤੇ ਵੇਖੇ। ਹਾਂ ਉਹ ਤਾਂ ਖੈਰ ਉੱਥੋਂ ਉੱਠ ਕੇ ਆਏ ਨਾ। ਉਦੋਂ ਵਕਤ ਦੀਆਂ ਨਹੀਂ ਸੀ, ਉਹ ਤੋਂ ਬਾਅਦ ਸਾਡੇ ਪਿੱਛੋਂ ਸਹੇਲੀਆਂ ਸੀਗੇ। ਉਹ ਵਕਤ ਤੋਂ ਬਾਅਦ ਸੀ, ਮਜੀਦਾਂ ਸੀ, ਸੈਦ ਸੀ, ਇੱਦਾਂ ਵੀ ਆਪਣੇ ਅੱਲੇ ਮਹੱਲੇ ਦੀਆਂ ਕੁੜੀਆਂ ਖੇਡਣਾ ਮਿਲਣਾ, ਉਦੋਂ ਸੱਸੇ ਕੋਠੇ 'ਤੇ ਬਹਿ ਕੇ ਨਵਾਜ਼ ਛੱਡਣੀ।
ਨਿਆਣਿਆਂ ਨੇ ਸੁਣਨੀਆਂ ਨਾ ਹੁਣ ਦੌਰ ਆ ਜਾਣਾ ਪਿੱਛੇ ਵਾਲਾ ਜਿੱਥੋਂ ਇਨਸਾਨ ਚੱਲਦਾ ਦੁਬਾਰਾ ਫਿਰ ਉੱਤੇ ਨੂੰ ਆਉਂਦਾ ਹੈ। ਅੱਛਾ ਇਹ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ ਦੱਸਿਓ ਜਰਾ। ਅਸੀਂ ਪੁੱਤ ਖੇਡਦੇ ਸੀ ਵਿੱਚ ਸੜਕ ਦੇ ਢੇਰੀਆਂ ਬਣਾ ਲੈਣੀਆਂ ਮਿੱਟੀ ਦੀਆਂ ਇੱਕ ਦੂਜੀ ਨੇ ਇਕੱਠੀਆਂ ਕਰ ਕਰਕੇ। ਅੱਛਾ ਵਿੱਚ 20 ਢੇਲ ਕੋਨੇ ਇੱਕ ਦੂਜੀ ਨੇ, ਅਸੀਂ ਕਹਿੰਦਾ ਸਾਡੀ ਢੇਰੀ ਚੋਂ ਡੱਬੋ ਕਿਹੜੀ ਲੱਭਦੀ ਪਹਿਲੇ, ਦੂਸਰੀ ਲੱਭਦੀ, ਤੀਜੀ ਲੱਭਦੀ। ਕੁੱਝ ਆਲਾ ਖੇਡਦੇ ਹੁੰਦੇ ਸੀ। ਹਾਂਜੀ ਬਥੇਰਾ ਕੁਛ, ਇੱਕ ਦੂਜੀ ਦੇ ਛਿੱਤਰ ਮਾਰਨੇ, ਪਿੱਛੇ ਛਿੱਤਰ ਰੱਖ ਲੈਣੇ ਤੇ ਆਹ ਬਣਾ ਲੈਣੀਆਂ, ਬੇੜਾ ਬੰਨ ਲੈਣਾ ਤੇ ਫਿਰ ਉਹ ਕੁੱਟਣਾ ਪਿੱਛੋਂ। ਅੱਛਾ ਉਹ ਫਿਰ ਇੱਕ ਦੂਜੀ ਨੂੰ ਫੜਨਾ। ਹਾਂਜੀ ਬਥੇਰਾ ਬਹੁਤ ਖੇਡਦੇ ਹੁੰਦੇ ਸੀ। ਹਾਂਜੀ ਮੈਂ ਤਾਂ ਕਿਹਾ ਬਥੇਰਾ ਖੇਡਦੇ ਸੀ। ਆਹੋ ਦਾਦੀ ਸਾਡੀ ਗਿੱਧਾ ਪਾਉਣੇ ਕੋਈ ਗੱਲ ਬੋਲੀ ਪਾ ਉਹ ਕੁੜੀ ਨੱਚਦੀ ਨੱਚਦੀ ਨਾਲ ਵਜੀ ਡਿੱਗਦੀ ਚੂੜਾ ਟੁੱਟ ਗਿਆ। ਅੱਛਾ ਰਾਹ ਲੈ ਗਈ ਉਹਦਾ, ਨੱਚਦੀ ਨੱਚਦੀ ਉਹ ਰਾਹ ਲੈ ਗਈ। ਮੈਂ ਕਿਹਾ ਹੁਣ ਕਿੱਥੇ ਨਾ ਬਾਹਰ ਕੁੜੀਆਂ ਰਲੀਆਂ ਖੇਡਣ ਜਾਂਦੀਆਂ ਵਾ, ਨਾ ਖੇਡਾਂ ਕਿੱਦਾਂ ਦੇ ਪਾਉਂਦੇ ਹੁੰਦੇ ਸੀ, ਨਾ ਖੇਡਾਂ ਹੀ ਉਹੋ ਜਿਹੀਆਂ, ਗਿੱਧਾ ਪਾਉਣਾ, ਨੱਚਣਾ ਬਾਹਰ ਰਲੀਆਂ, ਰਾਹ ਨੂੰ ਆਹ ਨਹੀਂ ਫਲਾਣੀ, ਬਾਹਰ ਨੂੰ ਚਲੀਆਂ ਦਿੰਦੀਆਂ, ਪਤਾ ਹੀ ਨਹੀਂ ਲੱਗਦਾ ਕੀ ਗੱਲ ਕਰਨੀ ਤੇ ਕੀ। ਯਾਨੀ ਉਹ ਗੱਲਾਂ ਬਾਤਾਂ ਨਹੀਂ ਹੁਣ ਰਹੀਆਂ। ਹਾਂ ਨਹੀਂ ਜੀ ਕਣਕ ਸਿੱਟੇ ਚੁਗਣ ਜਾਣੇ, ਬੜੇ ਪਿਆਰ ਮੁਹੱਬਤ ਭੈਣਾਂ ਨੂੰ ਨੀਦ ਲਿਹਾਜ ਕਰਦੇ ਸੀ। ਬਹੁਤ ਭੈਣ ਇੰਨਾ ਮੰਨਦੇ, ਸਿੱਖ ਲੋ ਜਿਹਦਾ ਹੱਦ ਕੋਈ ਨੀ। ਅੱਛਾ ਬਹੁਤ ਜ਼ਿਆਦਾ ਮੰਨਦੇ। ਬੜੀ ਗੱਲ ਆ ਜੀ, ਬੜਾ ਮੰਨਦੇ ਸੀ। ਹੁਣ ਤਾਂ ਜਿਹਦੀ ਧੀ ਆ ਉਹਦੀ ਧੀ ਆ ਜੀ, ਜਿਹਦੀ ਭੈਣ ਉਹਦੀ ਭੈਣ, ਦੂਜੇ ਦੀ ਕੁਛ ਨਹੀਂ ਲੱਗਦੀ। ਧੀਆਂ ਭੈਣਾਂ ਖੇਡਣ ਪਾਸੇ ਪਾਸੇ ਲੰਘ ਜਾਣਾ, ਆਖਣ ਕੁੜੀਆਂ ਖੇਡਣ ਡੀਆਂ ਖੇਡਣ ਡੀਆਂ। ਹੈਂ ਡਰ ਵੀ ਹੁੰਦਾ ਸੀਗਾ, ਡਰ ਹੁੰਦਾ ਸੀ ਆਂਢ ਗੁਆਂਢ ਖਲੋਤਾ ਨਾ ਕੋਈ ਖਲੋਤੀ, ਚੱਲ ਕੁੜੀਏ ਅੰਦਰ ਦੌਕਾ ਮਾਨ ਅੰਦਰ ਚਲ ਜਾਣਾ, ਹੁਣ ਆਦੀ ਤੇਰੀ ਹੈ ਨੀ, ਤੂੰ ਮੈਨੂੰ ਕਿਹਾ ਆਪਣੇ ਨੂੰ ਡੱਕ, ਤੂੰ ਆਪਣੇ ਡੱਕ। ਹਾਂਜੀ ਹਾਂਜੀ ਮੈਨੂੰ ਕਿਥੋਂ ਆਖੇ, ਹੁਣ ਆਪਣੇ ਚਾਚਾ ਤਾਂ ਆਪਣੇ ਧੀ ਬਦਪਤੀ ਜੀ ਨੇ ਇਹਨਾਂ ਦਾ ਦਾਦਾ ਹੁੰਦਾ ਸੀਗਾ ਤੇ ਉਹਨੇ ਕਹਿਣਾ ਬੁੜੀਆਂ ਬਾਹਰ ਅਮਨਿਆ ਆਇਆ ਹੈ ਨਾ, ਉਹ ਕਿਸੇ ਦੇ ਜਣੀ ਦਾ ਲੀਲਾ ਲੱਥਾ ਆਇਆ, ਉਮਰ ਵਿਆਹ ਦਾ ਹੁੰਦਾ ਸੀਗਾ ਸ਼ਾਮ ਨੂੰ, ਉਹਨੇ ਕਹਿਣਾ ਕੁੜੀਓ ਸਿਰਾਂ ਦੇ ਲੀੜੇ ਲੈ ਲਓ, ਉਹਨਾਂ ਨੇ ਕਹਿਣਾ ਤਾਇਆ ਆਉਂਦਾ ਹੀ ਆ ਉਹਦੇ ਸਿਰਾਂ ਦੇ ਲੀੜੇ ਲੈ ਲਓ, ਉਹ ਮਾਰੂਗਾ ਆਪਾਂ ਨੂੰ, ਹੁਣ ਜਦ ਦਬਕਾ ਮਾਰਨਾ ਸਾਰੀਆਂ ਨੇ ਅੰਦਰ ਵੜ ਜਾਣਾ, ਹੁਣ ਕੌਣ ਮੰਨਦਾ ਕਿਸੇ ਦੀ। ਪਿੰਡ ਦੀ ਧੀ ਭੈਣ ਸਾਰਿਆਂ ਦੀ ਭੂਆ ਹੁੰਦੀ ਸੀ। ਹਾਂਜੀ ਸੱਚੀ ਗੱਲ, ਫੱਜੀ ਨੇ ਬਾਅਦ ਆਖਣਾ ਲਾਲਾ ਆ ਗਿਆ, ਨਾਲ ਕੇ ਅੰਦਰ ਵੜ ਜਾਣਾ ਸਾਰੀਆਂ ਨੇ, ਪੜ੍ਹਨ ਬੰਦੇ ਕਰਕੇ ਬਹਿ ਜਾਂਦੀਆਂ। ਹੁਣ ਕਿਹੜੀਆਂ ਗੱਲਾਂ, ਹੁਣ ਮਾਂ ਪਿਓ ਬਹੁਤ ਪੁੱਛਦਾ ਹੀ ਕੋਈ ਨੀ, ਹੁਣ ਆਪੇ ਜਾ ਕੇ ਕਰਾ ਲੈਂਦੇ ਕੁੜੀਆਂ ਮੁੰਡੇ। ਆਪਣੇ ਪਿੰਡ ਉੱਥੇ ਕੋਈ ਗੁਰਦੁਆਰਾ ਹੈਗਾ ਸੀਗਾ ਉਹਨਾਂ ਦਾ ਜਾਂ ਮੰਦਰ ਉਹਨਾਂ ਦਾ ਸਾਈਆਂ ਦਾ? ਨਹੀਂ ਆਪਣੇ ਹਿੰਦੂਆਂ ਦਾ ਨਹੀਂ ਪੁੱਤ, ਕੋਈ ਨਹੀਂ ਸੀ, ਅਸੀਂ ਨਹੀਂ ਵੇਖਿਆ ਕੋਈ ਵੀ, ਅਸੀਂ ਐਵੇਂ ਕਹੀਏ ਸਾਈਆਂ ਦਾ ਸਾਨੂੰ ਪਤਾ ਵੀ ਹੈਗੇ ਸੀ ਉਹਨਾਂ ਦਾ ਤਾਂ ਗਿਰਜਾ। ਹਾਂਜੀ ਗਿਰਜੇ ਹੁੰਦੇ ਸੀ, ਹਾਂਜੀ ਦੁਕਾਨਾਂ ਦੁਕੂਨਾਂ ਸੀ, ਘਰ ਸੀ, ਕਹਿਣਾ ਅਸੀਂ ਰੋਜੇ ਰੱਖਦੇ ਹਾਂ ਤੇ ਅਸੀਂ ਚੁੱਲ੍ਹੇ ਦੀ ਪੱਕੀ ਨਹੀਂ ਖਾਣੀ, ਹੋਰ ਅਸੀਂ ਸਾਰੀਆਂ ਸ਼ਾਇਆਂ ਖਾ ਲੈਂਦੇ। ਅਸੀਂ ਕਿਹਾ ਅਸੀਂ ਤਾਂ ਰੋਜ਼ਾ ਰੱਖਦੇ ਸਾਰੀ ਦਿਹਾੜੀ ਤੇ ਸ਼ਾਮਨ ਖੋਲੀ ਦਾ ਪਕੌੜੇ, ਚੁੱਲ੍ਹੇ ਦੀ ਤਵੇ ਦੀ ਪੱਕੀ ਹੋਈ ਰੋਟੀ ਨਹੀਂ ਸੀ ਖਾਂਦੇ, ਚੁੱਲ੍ਹੇ ਦੇ ਤਾਂ ਹਰ ਸ਼ਾਮ ਪੱਕੀ ਹੁੰਦੀ ਆ, ਮੂੰਗਫਲੀ ਖਾ ਲੈਣੀ ਆ, ਹੋਰ ਸਭ ਕੁਝ ਖਾਈ ਜਾਣਾ, ਠੀਕ ਆ, ਅਮਰੂਦ ਕੇਲਾ। ਚਲੋ ਖੈਰ ਆਪਣਾ ਆਪਣਾ ਕੀਤਾ ਹੁੰਦਾ ਉਹ। ਹਾਂਜੀ ਸੱਚੀ ਗੱਲ ਆ। ਬਾਕੀ ਕੋਈ ਮੇਲਾ ਆਲੇ ਦੁਆਲੇ ਲੱਗਦਾ ਹੋਵੇ ਤੁਹਾਨੂੰ ਯਾਦ ਹੋਵੇ? ਨਹੀਂ ਪੁੱਤ, ਜਲਾਲਾਬਾਦ ਜਿਹੜਾ ਲੱਗਦਾ? ਆਹ ਉਹ ਤਾਂ ਆਪਣੇ ਇੱਥੇ ਲੱਗਦਾ 15 ਲਾਗੇ, ਜਲਾਲਾਬਾਦ ਵਾਲਾ ਮੇਲਾ ਬਹੁਤ ਮਸ਼ਹੂਰ ਮੇਲਾ ਆ। ਹਾਂਜੀ ਹਾਂਜੀ ਉੱਥੇ ਬਥੇਰਾ, ਸਾਡੀ ਸੱਸ ਲੀੜੇ ਧੋ ਕੇ ਆਪਦੇ ਪੁੱਤਾਂ ਦਿੰਦੀ ਹੁੰਦੀ ਸੀ, ਤਿਆਰੀ ਬਿਆਰੀ ਕਰਨੀ, ਬਹੁਤ ਰੁਪਈਏ ਸੇਰ ਜਲੇਬੀਆਂ। ਅੱਛਾ ਜੋ ਸਮਾਨ ਚ ਪੈਸੇ ਇੰਨੇ ਪੁੱਤ ਲੈ ਕੇ ਗਏ ਹੈ ਨਾ, ਆਹ ਤੁਹਾਡੀਆਂ ਪੰਡਾਂ ਲਿਆਉਣੀਆਂ ਸ਼ਾਮਾਂ ਨੂੰ। ਵਾਹ ਜੀ ਵਾਹ, ਹੁਣ ਤਾਂ ਬਹੁਤ ਹੁਣ ਬੋਰੇ ਚ ਪੈਸੇ ਲਾਵਾ ਲੈ ਕੇ ਜਾਓ, ਜੇ ਸ਼ਾਇਆ ਨਹੀਂ ਕੁਝ ਵੀ ਨਹੀਂ ਹੁੰਦਾ ਪੁੱਤ। ਹਾਂ ਤੁਸੀਂ ਤਾਂ ਨਹੀਂ ਗਏ ਕਦੀ ਮੇਲੇ ਤੇ? ਨਹੀਂ ਪੁੱਤ ਮੈਂ ਨਹੀਂ ਕਦੀ।
ਇੱਕ ਵਾਰੀ ਸਮਾਂ ਅਸੀਂ ਗਈਆਂ ਸੀ ਛੋਟ ਛੋਟੀਆਂ। ਅੱਛਾ। ਅਸੀਂ ਆਪਦੀ ਬੀਬੀ ਨੂੰ ਕਿਹਾ, ਬੀਬੀ ਅਸੀਂ ਵੀ ਲੋਕੀ ਤਾਜੀਏ ਵੇਖਣ ਜਾਂਦੀਆਂ ਕੁੜੀਆਂ 80 ਚ। ਹਾਂ, ਤੇ ਉੱਥੇ ਅਸੀਂ ਇੱਕ ਵਾਰੀ ਗਈਆਂ 5-6 ਜਣੀਆਂ। ਹਾਂਜੀ, ਸਾਡੀ ਮਾਂ ਨੇ ਚਵਾਨੀ ਚਵਾਨੀ ਸਾਨੂੰ ਦੇ ਦਿੱਤੀ, ਚਲੀਆਂ ਗਈਆਂ, ਆਪ ਵੀ ਖਾਧਾ ਪੀਤਾ। ਉਹ ਤਾਂ ਸਾਂਭਣੀ ਬਹੁਤ ਔਖੀ ਹੋ ਗਈ ਹੋਣੀ, ਚਵਾਨੀ ਐ ਮੋਟੀ ਬੰਦ ਰੱਖੀ ਹੋਣੀ, ਦੇਖਣਾ ਪਵੇ ਕਿਸੇ ਚ ਪਾ ਲਈ। ਅੱਛਾ। ਹਾਂਜੀ, ਤੇ ਫਿਰ ਉੱਥੇ ਛਾਂ ਛੋਂ ਲੈ ਕੇ ਖਾ ਲਈਆਂ, ਤੇ ਬਾਕੀ ਘਰ ਦੇ ਸਮਾਨ ਲੈ ਆਂਦਾ। ਵਾਹ ਜੀ ਵਾਹ, ਵਾਹ ਜੀ। ਹੁਣ ਜਵਾਨੀ ਦਾ ਕੀ ਆਉਂਦਾ? ਹਾਂਜੀ, ਹੁਣ ਜਵਾਨੀ ਦਾ ਹੈ ਨਹੀਂ, ਲੱਭਦੀ। ਸਾਡੀ ਮਾਂ ਕਹਿੰਦੀ ਆ, ਮੈਂ ਕਿਹਾ ਮਾਂ ਅਸੀਂ ਜਾਣਾ ਵਾ ਮੇਲੇ, ਤੇ ਪੈਸੇ ਮਾਂ ਕਹਿੰਦੀ ਹੈ ਨਹੀਂ ਵੀਰਾ ਮੇਰੇ ਕੋਲ। ਕਹਿੰਦੀ ਆ ਕਿ ਵੀਰਾ ਪੈਸੇ ਹੈ ਨਹੀਂ ਮਾਂ, ਤੂੰ ਕਹਿੰਦੀ ਆ ਇੰਨਾ ਕੱਤ ਨਹੀਂ ਤੇਰੇ ਕੋਲ, ਹੈ ਨਹੀਂ ਹੈ। ਨਹੀਂ ਕਹਿੰਦੀ, ਕੱਟਾ ਖੜਾ ਵਾ ਕਹਿੰਦੀ ਮੇਰੀ ਬੀਬੀ, ਉਹ ਤੂੰ ਮਾਂ ਵੇਚ ਦੇ ਤੇ ਉਹ ਸਾਨੂੰ ਦੋਵਾਂ ਭੈਣਾਂ ਦੇ ਦੇ ਚਵਾਨੀ ਚਵਾਨੀ। ਅੱਛਾ। ਉਹ ਠਿਆਨੀ ਦਾ ਵੇਚ ਦਿੱਤਾ ਪੁੱਤ। ਜੋੜੀਆਂ ਸੀਗੀਆਂ, ਲੈ ਵੀਰਾ ਲੈ ਆਓ ਜਾ ਕੇ, ਇੱਕ ਨਾ ਸ਼ਰੀਫਾਂ ਸੀ ਤੇ ਇੱਕ ਨਾ ਵੀਰਾ। ਹਾਂਜੀ, ਭਲਿਆਂ ਵਕਤਾਂ ਦੀ ਗੱਲ ਆ ਜੀ। ਹਾਂਜੀ ਹਾਂਜੀ। ਹੁਣ ਕਿੱਥੇ ਨਾ ਜਵੇਰਾ, ਹੁਣ ਤਾਂ ਪੁੱਤ ਸ਼ੱਕਰ ਨਹੀਂ ਲੱਭਦੀ ਇੱਕ ਗੱਲ, ਤੇ ਕੜਾਏ ਭਰੇ ਹੋਏ ਹੁੰਦੇ ਸੀ। ਅੱਛਾ। ਕੜਾਏ ਭਰੇ ਹੋਏ ਹੁਣ, ਕੜਾਏ ਸ਼ੱਕਰ ਦੇ? ਹਾਂਜੀ, ਆ ਲੋਹੇ ਦੇ, ਆ ਜਿਹੜੇ ਚਾਂਡਾ ਚੂੰਡਾ ਬਣਾਉਂਦੇ ਤੇ ਸਾਰਾ ਕੁਝ ਕਰਦੇ ਆ। ਹਾਂਜੀ, ਤੇ ਹੁਣ ਜੇ ਕੋਈ ਘਰ ਕਮੀ ਆਉਂਦਾ ਹੈ ਨਾ, ਉਹਨੂੰ ਕਹਿਣਾ ਥਾਲ ਭਰ ਕੇ ਦੇ ਦਿਓ ਸ਼ੱਕਰ ਦਾ, ਹੁਣ ਤਾਂ ਆਪ ਖੰਡ ਲਿਆਈਦੀ ਆ ਕਮੀ ਲੱਗ ਗਈ ਆ। ਲੁਹਾਰ ਤਰਖਾਣ ਨਾਈ ਕਣਕ ਦੀਆਂ ਭਰੀਆਂ ਤੇ ਲਸਣ ਲੈ ਜਾਣਾ, ਸਭ ਕੁਝ। ਹਾਂਜੀ, ਮਿਰਚਾਂ ਦੇਣੀਆਂ, ਜਿਹੜੀ ਪੱਠੇ ਵੱਢ ਲੈਣੇ ਆਪਣੇ ਡੰਗਰਾਂ ਲਈ। ਹਾਂਜੀ, ਇਦਾਂ ਹੀ ਇਦਾਂ ਤੱਕ ਤਾਂ ਹੁਣ ਵੀ ਚੱਲਦਾ ਰਿਹਾ ਆ। ਇਦਾਂ ਹੀ ਪੁੱਤ, ਹੁਣ ਤਾਂ ਬਹੁਤ ਮਹਿੰਗ ਵਾ ਪੁੱਤ। ਉਦੋਂ ਤਾਂ ਚੀਜ਼ਾਂ ਜਿਹੜੀਆਂ ਪਿੰਡਾਂ 'ਚ ਵਿਕਣ ਆਉਂਦੀਆਂ ਉਹ ਵੀ ਦਾਣਿਆਂ ਤੋਂ ਆਧੀ, ਕਿਤੇ ਦਾਣਿਆਂ ਤੋਂ ਦੋ ਤੋਲ, ਕਿਤੇ ਦਾਣਿਆਂ ਤੋਂ ਬਰਾਬਰ ਹੈ। ਇਦਾਂ ਹੀ, ਸੱਚੀ ਗੱਲ, ਜਾਣੀ ਜਿਣਸ ਦੇ ਬਦਲੇ ਸ਼ੈ ਮਿਲਦੀ ਹੁੰਦੀ। ਹਾਂਜੀ, ਗੀਤ ਗੀਤ ਗਾਉਂਦੇ ਹੁੰਦੇ ਉਦੋਂ, ਵਿਆਹ ਬੂਹ ਤੇ ਤਾਂ ਮਾਰ ਜਾਣੀਆਂ ਸਿੱਠੀਆਂ ਸਿੱਠੀਆਂ ਜੀ, ਅਗਲੇ ਦਾ ਬੁਰਾ ਹਾਲ ਕਰ ਲੈਂਦੇ ਤਮਾਸ਼ੇ ਪੁੱਤ। ਹੁਣ ਤਾਂ ਕੋਈ ਫਿਕਰ ਹੀ ਨੀ ਗਾਉਣ ਦਾ, ਅੱਗੇ ਬਥੇਰੇ ਗਾਉਂਦੀਆਂ ਸੀ, ਸਾਡੀਆਂ ਮਾਵਾਂ ਗਾਉਂਦੀਆਂ ਸੀ, ਸਾਡੀਆਂ ਮਾਮੀਆਂ ਗਾਉਂਦੀਆਂ ਸੀ, ਸਾਰੇ ਗਾਉਂਦੇ ਸੀ ਕਿ ਹਾਂਜੀ ਵਜਾਉਣੇ। ਹਾਂਜੀ, ਸਾਡੀ ਨੀ ਫਾਸ ਲੱਗ ਗਈ ਤੇ ਉਹਨੇ ਨੱਚ ਕੜਾ ਦੰਦਾਂ ਚੁੱਕ ਲੈਣਾ। ਹਾਂਜੀ, ਅੱਛਾ, ਮਰਦਾਂ ਦੇ ਦੰਦ ਨਹੀਂ ਟੁੱਟਦੇ ਨੀ। ਵਾਹ ਵਾਹ ਜੀ, ਵਾਹ, ਦੰਦ ਸੀ, ਦੰਦ ਸੀ ਕਿ ਸੰਨੀ ਸੀ? ਹਾਂ, ਨਹੀਂ ਨਹੀਂ, ਇਹਨੇ ਕੜਾ ਚੁੱਕ ਦੰਦ ਕੜਾ ਚੁੱਕ ਲੈਣਾ। ਹਾਂ, ਅੱਛਾ, ਬੜੀ ਹਿੰਮਤ ਵਾਲੀ ਗੱਲ ਆ ਜੀ। ਹੈ ਕੋਈ ਪੁਰਾਣਾ ਰਾਗ ਹੀ ਸੁਣਾ, ਕੋਈ ਹੈ ਵੀ ਆਪਣੇ ਕੋ ਸਿੱਠਣੀ ਸੁੱਠਣੀ ਮਾੜਾ ਜਿਹਾ ਸੁਣਾਓ ਨਾ ਭਰਾ, ਤਾਂ ਚਰਮ ਹੋ ਗਈ ਤੇ ਚਾਰ ਕੇ ਸਾਡੇ ਪੁੱਤ ਜੇ ਸਾਨੂੰ ਹੀ ਆ ਸੋਦਾ ਵਿਆਹ ਦਾ ਗੀਤ ਸੁਣਾ ਦੇ, ਵਿਆਹ ਦਾ ਗੀਤ ਸੁਣਾ ਦੇ, ਗਾਣੇ ਨਹੀਂ ਸੁਣ, ਕੌਣ ਕਾੜਦਾ ਹੁੰਦੇ ਉਹ? ਨਹੀਂ ਮਾੜਾ ਜਿਹਾ, ਜਦੋਂ ਬਾਹਰ ਗਏ ਉੱਠ ਕੇ ਚਲ ਗਏ, ਮਾਈ ਨੂੰ ਪਤਾ, ਮਾਈ ਵੱਡੀ ਕੁੜੀ ਜੈਲਦਾਰ ਨਹੀਂ, ਪਤਾ ਨਹੀਂ ਇਦਾਂ ਇਦਾਂ ਦਾ ਸੁਣਾ ਦਿਓ। ਹਾਂ, ਜੈਲਦਾਰ ਨਹੀਂ ਤੇ ਫੋਟੋ ਹਲੋ, ਮਾੜਾ ਜਿਹਾ ਮਾੜਾ ਜਿਹਾ, ਚਲੋ ਸ਼ੁਰੂ ਮਾਂ ਤਾਂ ਹੈਗੀ ਆ ਸਿੱਧੀ ਤੇ ਮਾਂ ਨੂੰ ਅੱਗੇ ਤਾਂ ਬਥੇਰਾ ਬੋਲੀ ਜਾਈਦਾ ਸੀਗਾ, ਤਾਂ ਹੁਣ ਕਹੀਦਾ ਅਸੀਂ ਬੁੱਢੀਆਂ ਹੋ ਗਈਆਂ, ਅਸੀਂ ਹੁਣ ਚੁੱਪ ਹੀ ਕਰ ਲਈਏ। ਮਾੜਾ ਜਿਹਾ ਮਾਂ ਜੀ, ਮਾੜਾ ਜਿਹਾ ਸੁਣਾ, ਵਿਆਹ ਤੇ ਜਿਹੜਾ ਥੋੜ੍ਹਾ ਜਿਹਾ ਗੀਤ ਸਾਨੂੰ ਸੁਣਾ। ਬਿੱਲੀ ਵੇ ਕੜੀ ਹਰਿਆਂ ਬਾਗਾਂ ਨੂੰ ਜਾਵੇ, ਮੇਰਾ ਕੌਣ ਜੇ ਰਸੀਆ ਕੋੜੀ ਮੋੜ ਲਿਆਵੇ, ਮੇਰਾ ਬਾਬਾ ਜੇ ਰਸੀਆ ਕੋੜੀ ਮੋੜ ਲਿਆਵੇ, ਹਰਿਆਂ ਬਾਗਾਂ ਨੂੰ ਜਾਵੇ ਨੀਲੀ ਵੇ ਕੋੜੀ, ਹਰ ਬਾਗਾਂ ਨੂੰ ਜਾਵੇ ਵੀਦਾ ਕੌਣ ਜੇ ਰਸੀਆ ਕੋੜੀ ਮੋੜ ਲਿਆਵੇ, ਵੀਰਾ ਬਾਬਲ ਜੇ ਰਸੀਆ ਕੋੜੀ ਮੋੜ ਲਿਆਵੇ। ਏਦਾਂ ਪੁੱਤ ਬਥੇਰੇ ਗੀਤ ਗਾਉਂਦੀਆਂ ਸੀ, ਹੁਣ ਤਾਂ ਆਉਂਦਾ ਹੀ ਨਹੀਂ ਕੁਛ ਵੀ। ਉਹ ਪਛਾਣਦੇ ਆ, ਉਹ ਪਛਾਣਦੇ ਆ, ਉਹ ਪਛਾਣਦੇ ਆ,
ਉਧਰ ਹਲੇ ਵੀ ਇਹੀ ਕੰਮ ਚੱਲਦਾ ਆ। ਸ਼ੌਕ ਨਾਲ ਦੇਖਦੇ ਹੋ ਡਰੀਮ ਨਾ, ਬੜੇ ਖੁਸ਼ ਹੁੰਦੇ ਦੇਖ ਕੇ। ਹਾਂਜੀ ਹਾਂਜੀ, ਵਜ੍ਹਾ ਇਹ ਕਿ ਰਹਿਤ ਵਹਿਤ ਤਾਂ ਦੋਨੋਂ ਹੀ ਪੰਜਾਬ ਇੰਡੀਆ ਵਾਲੇ ਇੱਕੋ ਜਿਹੀ ਆ ਨਾ, ਇੱਕ ਜਿਹੀ ਹੈ, ਉਹੀ ਤਰੀਕਾ ਹੈ ਸਾਡੀਆਂ ਦਾ, ਖੁਸ਼ੀਆਂ ਗਮੀਆਂ। ਇੱਕ ਬੂਟਾ ਰਸ ਨੀਰੀਆ ਬਾਦੇ ਬੂਟੇ ਸੀ ਚਾਰ, ਇੱਕ ਬੂਟਾ ਰਸ ਨੀਰੀਆ ਤੋੜਨ ਵਾਲਾ ਸੀ ਨਦਾਨ, ਕਿਤੇ ਪੈ ਕੇ ਸੋਹਣੀ ਰੀਆ ਸ਼ੈਲ ਕੁੜੀ ਮਟਿਆਰ, ਉਹਨੇ ਗੱਲੀ ਲਾ ਨੀ ਲਿਆ। ਉਹ ਤਾਂ ਇੱਦਾਂ ਦੇ ਬਥੇਰੇ ਗਾਈਂਦੇ ਸੀਗੇ ਅਸੀਂ। ਕੜੀਆਂ ਕਲੀਰਾਂ ਨੂੰ ਦੇ ਲੇ, ਅੱਖਾਂ ਨੂੰ ਖੱਖੜੀਆਂ ਕਲੀਰਾਂ ਨੂੰ ਦੇ ਲੇ, ਦੇ ਜਾ ਦਵਾਨੀ ਵੇ ਜਾਣਾ ਗੁੱਲੂ ਸ਼ਾਹ ਦੇ ਮੇਲੇ, ਦੇ ਜਾ ਦਵਾਨੀ ਵੇ ਜਾਣਾ ਗੁੱਲੂ ਫਾਟੇ ਮੇ। ਉਹ ਤਾਂ ਗੁੱਲੂ ਸ਼ਾਹ ਦੇ ਮੇਲੇ, ਹਾਂਜੀ ਦੇ ਜਾ ਦਵਾਨੀ ਜਾਣਾ ਗੁੱਲੂ ਸ਼ਾਹ ਦੇ ਮੇਲੇ, ਯਾਨੀ ਦਵਾਨੀ ਨਾਲ ਉਹ ਮੇਲਾ ਦੇਖਿਆ ਜਾਂਦਾ ਹੁੰਦਾ ਸੀ। ਆਨੇ ਨਾ ਪੁੱਤ, ਆਨੇ ਨਾ, ਹਾਂਜੀ ਆਨੇ ਨਾ ਵੀ ਕਿੰਨਾ। ਗੁੱਲੂ ਸ਼ਾਹ ਕਿੱਥੇ ਸੀਗਾ ਪਤਾ ਵੇ? ਨਹੀਂ। ਅੱਛਾ ਜੀ, ਅਸੀਂ ਗੀਤ ਬਣਾਉਣਾ। ਹਾਂਜੀ ਗੀਤ ਹੀ ਗਾਉਂਦੀਆਂ ਸੀ। ਤੁਸੀਂ ਭਾਅ ਦੱਸਣਾ ਸਾਨੂੰ ਵੀ ਕੀ ਗੱਲਾਂ ਬਾਤਾਂ ਸੁਣਦੇ ਆ ਸੀ ਮਾਈ ਜੀ? ਦਾਦੀ ਸਾਨੂੰ ਦੱਸਦੀ ਹੁੰਦੀ ਸੀਗੀ ਵੀ ਕਿੱਦਾਂ ਸਾਡਾ ਉਦੋਂ ਉਜਾੜੇ ਜਦੋਂ ਪਏ ਆ ਤਾਂ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀਗੀਆਂ ਸਹੇਲੀਆਂ, ਸਹੇਲੀਆਂ ਜਿਹੜੀਆਂ ਹੁੰਦੀਆਂ ਖੇਲੀ ਦਾ ਸੀਗਾ, ਉਹਨਾਂ ਦਾ ਮੁਰੱਬੇ ਵੀ ਚੱਲ ਜਾਈਦਾ ਸੀਗਾ। ਬਾਕੀ ਯਾਨੀ ਕਿ ਉਹ ਅੱਛਾ ਰਹਿਣ ਸਹਿਣ ਸੀ, ਅੱਛਾ ਰਹਿਣ ਸਹਿਣ ਸੀਗਾ, ਪਿਆਰ ਮੁਹੱਬਤ ਵਾਲਾ, ਪਿਆਰ ਮੁਹੱਬਤ ਵਾਲਾ ਸੀਗਾ। ਲੇਕਿਨ ਜਦੋਂ ਉਜਾੜੇ ਪਏ ਤਾਂ ਫਿਰ ਉਦੋਂ ਦੇ ਵਿਛੜੇ ਅੱਜ ਤੱਕ ਨਹੀਂ ਮਿਲ ਸਕੇ, ਨਹੀਂ ਮਿਲ ਸਕੇ, ਲੁੱਟ ਲੜਾਈਆਂ ਪੈ ਗਈਆਂ। ਤੁਸੀਂ ਆਉਣ ਵਾਲੇ ਵਕਤ 'ਚ ਹੁਣ ਕੀ ਚਾਹੁੰਦੇ ਆ ਵੀ ਕਿਸ ਤਰ੍ਹਾਂ ਸਫਰੀ ਸਹੂਲਤਾਂ ਕਿਸ ਤਰ੍ਹਾਂ ਆਸਾਨ ਹੋਣੀਆਂ ਚਾਹੀਦਾ? ਸਾਡਾ ਆਉਣ ਜਾਣ ਹੋਣਾ ਚਾਹੀਦਾ ਉੱਧਰ, ਕੋਈ ਅਸੀਂ ਆਪਣੇ ਜਿਹੜੇ ਪੁਰਾਣੇ ਲੋਕ ਆ ਉਹਨਾਂ ਨੂੰ ਮਿਲ ਸਕੀਏ, ਉਹਨਾਂ ਨੂੰ ਜਾ ਕੇ ਉੱਥੇ ਵੀਜ਼ੇ ਦੀ ਪਾਲਿਸੀ ਨਰਮ ਹੋਣੀ ਚਾਹੀਦੀ, ਨਰਮ ਹੋਣੀ ਚਾਹੀਦੀ ਆ, ਆਸਾਨੀ ਨਾਲ ਵੀਜ਼ਾ ਮਿਲਣਾ ਚਾਹੀਦਾ। ਹਾਂਜੀ, ਆਸਾਨੀ ਨਾਲ ਸਾਨੂੰ ਵੀਜ਼ਾ ਮਿਲਣਾ ਚਾਹੀਦਾ ਤਾਂ ਤਲਖ ਕਲਾਮੀਆਂ ਜਿਹੜੀਆਂ ਸਾਡੇ ਹੋਈਆਂ ਉਹ ਖਤਮ ਕਰਨੀਆਂ ਚਾਹੀਦੀਆਂ। ਸਹੀ ਬਾਤ।